सरकारी कोठी नू लेके एक बार फिर साबका मुख्यमंत्री रजिंदर कौर पठल चर्चा च ने। इस बार चर्चा उन्हां दी सेक्टर 2 च स्थित कोठी नंबर 8 नू लेके है, जो हुण मान सरकार ने तुरंत खाली करन दे निर्देश दित्ते ने। यानी सरकार दे हुक्मां मुताबिक 5 मई तो पहला रजिंदर कौर पठल नू सरकारी कोठी खाली करनी पवेगी। इस आदेश दे मुताबिक जेकर पठल सरकारी कोठी नू खाली नहीं करनगे तां उन्हां नू मार्केट किराए दे नाल ही 126% जुर्माना भी चुकाउणा पवेगा। आ कोठी नहीं छड़दे हजे तक, देखो असी क्या हुण तुसी नहीं रहे, थोनू लोकां ने हराता, कहिंदे हैं जी हराता, कोठी तां दे दो, क्यों कोठी काहे दे दी थोनू, गड्डियां नहीं मोड़ रहे हजे तक, आदतां पै गईयां ना आई रहण दियां, पहला रले हुंदे सी, ओह कहिंदे चल कोई गल नहीं अगले 5 साल बाद तूं आ जी रख लै, ही गड्डियां मड़ाईयां, कोठियां वापस कराईयां, पेंशनां बंद कीतियां, हजे तां देखो तुसी कागज निकल रहे ने, कागज निकल रहे ने, बुलडोजर किथे किथे चलणगे तुसी देखते जाओ। पंजाब सरकार वालों भेजे नोटिस मुताबक कहा गया है, आप नूं पंजाब राज योजना बोर्ड दे वाइस चेयरपर्सन अहुदे ते हुंदे होए कैबिनेट रैंक अनुसार कैबिनेट मंत्रियों की तर्ज ते मुख्यमंत्री पूल की कोठी नंबर 8 सैक्टर 2 च अलाट की गई सी। ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 20 ਅਪ੍ਰੈਲ 2022 ਰਾਹੀਂ ਪੰਜਾਬ ਰਾਜ ਬੋਰਡ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ। ਇਸ ਲਈ ਆਪ ਨੂੰ ਕੈਬਨਿਟ ਮੰਤਰੀ ਦੇ ਰੁਤਬੇ ਤੋਂ ਹਟ ਜਾਣ ਉਪਰੰਤ ਇਸ ਸਰਕਾਰੀ ਕੋਠੀ ਨੂੰ 5 ਮਈ 2022 ਤੱਕ ਹੀ ਰੱਖਿਆ ਜਾ ਸਕਦਾ ਹੈ। 4 ਜੁਲਾਈ 2018 ਨੂੰ ਪੱਠਲ ਪੰਜਾਬ ਪਲੈਨਿੰਗ ਬੋਰਡ ਦੇ ਵਾਈਸ ਚੇਅਰਪਰਸਨ ਬਣੇ। ਉਪ ਚੇਅਰਮੈਨ ਹੋਣ ਦੇ ਨਾਤੇ ਕੈਬਨਿਟ ਰੈਂਕ ਦਾ ਦਰਜਾ ਮਿਲਿਆ ਹੋਇਆ ਸੀ। ਪੱਠਲ ਨੂੰ ਚੰਡੀਗੜ੍ਹ ਦੇ ਸੈਕਟਰ 2 ਚ ਕੋਠੀ ਨੰਬਰ 8 ਅਲਾਟ ਹੋਈ। ਕੋਠੀ ਨੰਬਰ 8 ਕੈਬਨਿਟ ਮੰਤਰੀਆਂ ਦੇ ਲਈ ਰਾਖਵੀਂ ਸਰਕਾਰੀ ਕੋਠੀਆਂ ਚੋਂ ਇੱਕ ਹੈ। ਸਰਕਾਰੀ ਬੰਗਲਾ, ਫੋਨ, ਸਰਕਾਰੀ ਗੱਡੀ ਸਣੇ 6 ਮੁਲਾਜ਼ਮਾਂ ਦਾ ਸਟਾਫ ਦਿੱਤਾ ਗਿਆ ਸੀ। ਕੋਠੀ ਮਿਲਣ ਦੇ ਨਾਲ ਹੀ ਬਿਜਲੀ ਤੇ ਪਾਣੀ ਵੀ ਮੁਫਤ ਚ ਹੀ ਮਿਲਦਾ ਸੀ। ਪੰਜਾਬ ਸਰਕਾਰ ਨੇ ਪੰਜਾਬ ਰਾਜ ਯੋਜਨਾ ਕਮਿਸ਼ਨ 20 ਅਪ੍ਰੈਲ ਨੂੰ ਭੰਗ ਕਰ ਦਿੱਤਾ ਸੀ। ਇਹ ਕੋਠੀ ਕਮਿਸ਼ਨ ਭੰਗ ਹੋਣ ਦੇ 15 ਦਿਨਾਂ ਅੰਦਰ ਖਾਲੀ ਕੀਤੀ ਜਾਣੀ ਸੀ, ਪਰ ਪੱਠਲ ਨੇ ਅਜੇ ਵੀ ਕੋਠੀ ਖਾਲੀ ਨਹੀਂ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਰਜਿੰਦਰ ਕੌਰ ਪੱਠਲ ਨਾਲ ਕੋਠੀ ਵਿਵਾਦ ਜੁੜਿਆ ਸੀ, ਜਦੋਂ ਉਨ੍ਹਾਂ ਨੇ ਬਤੌਰ ਮੁੱਖ ਮੰਤਰੀ ਮਿਲੀ ਕੋਠੀ ਖਾਲੀ ਨਹੀਂ ਕੀਤੀ ਸੀ। ਜਾਣਕਾਰੀ ਮੁਤਾਬਕ 4 ਅਪ੍ਰੈਲ 2012 ਨੂੰ ਸਰਕਾਰੀ ਆਵਾਸ ਖਾਲੀ ਕਰਨਾ ਚਾਹੀਦਾ ਸੀ, ਪਰ 15 ਮਹੀਨੇ ਤੋਂ ਵੱਧ ਸਮੇਂ ਤੱਕ ਪੱਠਲ ਕੋਠੀ ਚ ਹੀ ਰਹੇ ਸਨ। 2013 ਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਪੱਠਲ ਦੇ ਖਿਲਾਫ਼ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਕੀਤੀ। ਉਨ੍ਹਾਂ ਤੋਂ 84,57,000 ਰੁਪਏ ਦੀ ਰਿਕਵਰੀ ਤੇ ਹੁਕਮ ਜਾਰੀ ਹੋਏ ਸਨ, ਜਿਸ ਨੂੰ ਕਾਂਗਰਸ ਸਰਕਾਰ ਨੇ ਬਾਅਦ ਚ ਮਾਫ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਕੋਠੀ ਦੇ ਕਿਰਾਏ ਦਾ ਮਾਮਲਾ ਆਏ ਦਿਨ ਚਰਚਾ ਚ ਰਿਹਾ ਹੈ।